ਗੋਲੀ ਚੱਲ ਗਈ ਯਾਰ ਉਰੇ, ਮੁੰਡੇ ਨੇ ਗੋਲੀ ਮਾਰੀ ਯਾਰ ਜੀ, ਲੱਗੀ ਵੀਰੇ ਉਹ ਸਿਵਲ ਹਸਪੀਟਲ 'ਚ ਗਿਆ ਹੋਇਆ ਮੁੰਡਾ ਯਾਰ, ਜ਼ਖਮੀ ਆ ਹਾਂ ਜੀ, ਦਿਲ 'ਤੇ ਗੋਲੀ ਲੱਗੀ ਆ, ਤਿੰਨ ਫੈਰਾਂ ਦੇ ਵਿੱਚੋਂ, ਕਹਿਣ ਦਾ ਮਤਲਬ ਇੱਕ ਗੋਲੀ ਦਿਲ 'ਤੇ ਲੱਗੀ ਆ ਵੀਰੇ, ਹਲੇ ਪਤਾ ਨਹੀਂ ਲੱਗਿਆ ਵੀ ਫੈਰ ਕਿੰਨਾ ਬੱਲੀਓਂ ਹੋਏ। ਵਿਆਹਾਂ ਦੀ ਮੈਰਿਜ ਪੈਲਸ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਹਵਾਈ ਫਾਇਰ ਕੀਤੇ ਨੇ ਕੁਝ ਸਰਫਰੇ ਨੌਜਵਾਨਾਂ ਨੇ। ਦਰਅਸਲ ਜਾਣਕਾਰੀ ਦੇ ਮੁਤਾਬਿਕ ਗਾਣਾ ਬਦਲਣ ਨੂੰ ਲੈ ਕੇ ਕੁਝ ਨੌਜਵਾਨ ਮੈਰਿਜ ਪੈਲਸ ਦੇ ਅੰਦਰ ਹੀ ਭਿੜ ਜਾਂਦੇ ਨੇ ਅਤੇ ਹਵਾਈ ਫਾਇਰ ਕਰਦੇ ਨੇ ਹਥਿਆਰ ਦੇ ਨਾਲ, ਜਿਸ ਦੀ ਜਾਂਚ ਪੜਤਾਲ ਲਗਾਤਾਰ ਪੁਲਿਸ ਕਰ ਰਹੀ ਹੈ। ਪੁਲਿਸ ਪੂਰੀ ਐਕਸ਼ਨ ਮੋਡ ਦੇ ਵਿੱਚ ਹੈ ਅਤੇ ਵਿਆਹ ਦੇ ਸਮਾਗਮ ਦੇ ਵਿੱਚ ਅਜਿਹੀ ਘਟਨਾ ਦਾ ਵਾਪਰਨਾ ਸਭ ਦੇ ਰੋਂਗਟੇ ਖੜ੍ਹੇ ਕਰ ਦਿੰਦਾ ਹੈ। ਅਤੇ ਦਰਅਸਲ ਇਹ ਵੀ ਵੱਡੀ ਗੱਲ ਸਾਹਮਣੇ ਆ ਰਹੀ ਹੈ ਕਿ ਪੁਲਿਸ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਇਜਾਜ਼ਤ ਨਹੀਂ ਹੈ, ਨਾ ਹੀ ਸੋਸ਼ਲ ਮੀਡੀਆ 'ਤੇ ਹਥਿਆਰਾਂ ਦੀ ਨੁਮਾਇਸ਼ ਕਰਨ ਦੀ ਅਤੇ ਨਾ ਹੀ ਅਜਿਹੇ ਖੁਸ਼ੀ ਦੇ ਸਮਾਗਮਾਂ ਦੇ ਵਿੱਚ ਹਥਿਆਰ ਲੈ ਕੇ ਜਾਣ ਦੀ। ਫਿਰ ਵੀ ਕੁਝ ਲੋਕ ਆਪਣੇ ਲਾਇਸੈਂਸੀ ਹਥਿਆਰ ਲੈ ਜਾਂਦੇ ਨੇ ਅਤੇ ਸ਼ੋਸ਼ੇਬਾਜ਼ੀ ਦੇ ਵੱਲੋਂ ਚਲਾ ਵੀ ਦਿੰਦੇ ਨੇ ਅਤੇ ਕੁਝ ਜਗ੍ਹਾਵਾਂ 'ਤੇ ਲਾੜਾ ਲਾੜੀ ਦੇ ਵੀ ਗੋਲੀ ਵੱਜੀ ਹੈ। ਗਨੀਮਤ ਰਹੀ ਹੈ ਕਿ ਇੱਥੇ ਕੋਈ ਅਜਿਹਾ ਨੁਕਸਾਨ ਤਾਂ ਜਾਨੀ ਨਹੀਂ ਹੋਇਆ, ਪਰ ਫਿਰ ਵੀ ਪੁਲਿਸ ਨੇ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਅਤੇ ਜਿਹੜਾ ਹਥਿਆਰ ਹੈ ਉਹ ਲਾਇਸੈਂਸੀ ਹੈ ਜਾਂ ਫਿਰ ਨਹੀਂ, ਇਸ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਹੋਰ ਕੀ ਸਖ਼ਤ ਕਦਮ ਚੁੱਕੇ ਨੇ ਪੁਲਿਸ ਨੇ, ਆਓ ਸੁਣਦੇ। ਮਸਲਾ ਕੀ ਹੋਇਆ ਵੀਰੇ, ਥੋੜ੍ਹਾ ਦੱਸੋਗੇ? ਮਸਲਾ ਯਾਰ ਗੋਲੀ ਚੱਲ ਗਈ ਯਾਰ ਉਰੇ, ਮੁੰਡੇ ਨੇ ਗੋਲੀ ਮਾਰੀ ਯਾਰ। ਕਿਹਦੇ ਲੱਗੀ ਕਿਸੇ ਦੇ? ਹਾਂਜੀ ਲੱਗੀ ਵੀਰੇ, ਉਹ ਸਿਵਲ ਹਸਪੀਟਲ 'ਚ ਗਿਆ ਹੋਇਆ ਮੁੰਡਾ ਯਾਰ। ਜ਼ਖਮੀ ਹੈ? ਜ਼ਖਮੀ ਆ ਹਾਂਜੀ, ਦਿਲ 'ਤੇ ਗੋਲੀ ਲੱਗੀ ਆ। ਤੇ ਕੀ ਮਸਲਾ ਕੀ ਹੋਇਆ ਸੀ? ਮਸਲਾ ਨੱਚਦੇ ਸੀਗੇ ਵੀਰੇ ਯਾਰ, ਨੱਚਦੇ ਨੱਚਦੇ ਕਿਸੇ ਨੇ ਫੈਰ ਕੱਢੇ, ਤਿੰਨ ਫੈਰ ਹੋਏ ਨੇ ਜੀ। ਤਿੰਨ ਫੈਰਾਂ ਦੇ ਵਿੱਚੋਂ, ਕਹਿਣ ਦਾ ਮਤਲਬ ਇੱਕ ਗੋਲੀ ਦਿਲ 'ਤੇ ਲੱਗੀ ਹੈ ਵੀਰੇ, ਖਹਿ ਕੇ ਨੰਗੀ ਆ ਨਾਲ ਦਿਲ ਦੇ, ਕੋਈ ਸਰ ਨਾਲ ਨਹੀਂ ਲੱਗਿਆ ਜੀ। ਹਾਂ ਨਾਲ ਖਹਿ ਕੇ ਨੰਗੀ ਹੈ ਵੀਰੇ ਦਿਲ ਦੇ ਜੀ। ਫੈਰ ਕਿੰਨਾ ਫੈਰ ਵੀਰੇ ਨੱਚਦੇ ਸੀ ਮੁੰਡੇ, ਹਲੇ ਸੀਸੀਟੀਵੀ ਚੈੱਕ ਕਰਦੇ ਨੇਗੇ, ਹਲੇ ਪਤਾ ਨਹੀਂ ਲੱਗਿਆ ਵੀ ਫੈਰ ਕਿੰਨਾ ਬੱਲੀਓਂ ਹੋਏ ਨੇ। ਹੁਣ ਪੁਲਿਸ ਆਈ ਹੈ? ਹਾਂਜੀ ਪੁਲਿਸ ਅੰਦਰ ਆਈ। ਕਹਿ ਵੀ ਜਾ ਰਿਹਾ ਕੁਛ ਆਪਸੀ ਰੰਜਿਸ਼ ਝੜਪ ਹੋਈ ਹੈ ਕੋਈ? ਮਾੜੀ ਮੋਟੀ ਹੋਈ ਆ ਵੀਰੇ, ਪਰ ਫੈਰ ਪਹਿਲਾਂ ਹੋਏ ਨੇ, ਫੇਰ ਹੋਇਆ ਕੰਮ, ਤਿੰਨ ਫੈਰ ਹੋਏ ਨੇ। ਕਿਸ ਚੀਜ਼ ਨੂੰ ਲੈ ਕੇ ਹੋਈ ਆ? ਗਾਣਿਆਂ ਪਿੱਛੇ ਹੋਈ ਆ ਵੀਰੇ ਯਾਰ। ਸਰ ਮੌਕੇ ਤੇ ਆਏ ਹੋ, ਮਾਮਲਾ ਵੈ ਕਿਹੜਾ ਰਿਜ਼ੋਰਟ ਹੈ ਔਰ ਕਿਵੇਂ ਹੋਇਆ? ਦੇਖੋ ਜੀ, ਇਹ ਸ਼ਹੀਦ ਭਗਤ ਸਿੰਘ ਨਗਰ ਚੌਂਕੀ ਪੀ ਐਸ ਦੁਗਰੀ ਦਾ ਏਰੀਆ ਹੈਗਾ, ਐਲੀ ਗ੍ਰੀਨ ਰਿਜ਼ੋਰਟ ਹੈ। ਇੱਥੇ ਸਾਨੂੰ ਇਨਫੋਰਮੇਸ਼ਨ ਆਈ ਸੀ ਫਾਇਰਿੰਗ ਹੋਈ ਹੈ, ਇੱਕ ਬੰਦੇ ਲੱਗੀ, ਇੱਕ ਬੰਦਾ ਮਜਰੂਬ ਹੈਗਾ, ਸਟੇਟਸ ਆਊਟ ਆਫ ਡੇਂਜਰ ਹੈਗਾ ਉਹ, ਅਤੇ ਜਿਹੜੇ ਬੰਦੇ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਉਹ ਅਸੀਂ ਰਾਊਂਡ ਅਪ ਕਰ ਲਿਆ ਅਤੇ ਅਗਲੀ ਕਾਰਵਾਈ ਕਰਦੇ ਹਾਂ। ਸਰ ਕਿਹਾ ਜਾ ਰਿਹਾ 5 ਤੋਂ 6 ਬੰਦੇ ਜਿਹੜੇ ਆਪਣੇ ਰਾਊਂਡ ਅਪ ਕੀਤੇ ਗਏ? ਹਾਂਜੀ ਰਾਊਂਡ ਅਪ ਕੀਤੇ ਨੇ ਜੀ ਬੰਦੇ, ਸਾਰਿਆਂ ਦਾ ਅਸੀਂ ਮੁਲਾਜ਼ਾ ਵੀ ਕਰਾਵਾਂਗੇ, ਕੋਈ ਨਸ਼ੇ ਦੇ ਇਨਫਲੂਐਂਸ ਦੇ ਵਿੱਚ ਵੀ ਹੋ ਸਕਦਾ ਅਤੇ ਅਦਰਵਾਈਜ਼ ਕੋਈ ਵਜ੍ਹਾ ਰੰਜਿਸ਼ ਹੈ ਤਾਂ ਉਹ ਵੀ ਅਸਰਟਨ ਕਰਾਂਗੇ। ਸਰ ਕਿਤੇ ਨਾ ਕਿਤੇ ਕੀ ਨਿਕਲ ਕੇ ਆਇਆ ਬੇਸਿਕਲੀ? ਇਹ ਦੇਖਦੇ ਹਾਂ ਜੀ, ਇਨਵੈਸਟੀਗੇਸ਼ਨ ਕਰਦੇ ਹਾਂ ਕਿ ਵੀ ਗੋਲੀ ਵੱਜੀ ਕੌਣ ਹੈ ਜੀ? ਉਹਦਾ ਨਾਮ ਜੀ ਗੁਰਸੇਵਕ ਸਿੰਘ ਆ ਜੀ, ਪਿੰਡ ਛਪਾਰ ਹੈ ਜੋ ਮੁੱਢਲੀ ਜਾਣਕਾਰੀ ਹੈ। ਕੁੜੀਆਂ ਨੇ ਨਾ ਮੁੰਡਿਆਂ ਨੇ ਉਹ ਖਤਰੇ ਤੋਂ ਬਾਹਰ ਹੈ ਜੀ, ਤੇ ਦੇਖਦੇ ਹਾਂ ਕਿ ਵੀ ਕਿਹੜੇ ਪਾਸੇ। ਹਾਂਜੀ ਮੁੱਢਲੀ ਜਾਣਕਾਰੀ ਇਹੀ ਹੈ, ਬਾਕੀ ਅਸਰਟਨ ਕਰਦੇ ਹਾਂ ਕਿ ਵੀ ਡੀਜੇ ਦੇ ਗਾਣੇ ਚਲਾਉਣ ਲੱਗ ਝੜਪ ਹੋਈ ਹੈ ਅਤੇ ਬਾਕੀ ਅਸਰਟਨ ਕਰਦੇ ਹਾਂ। ਸਰ ਕਿਤੇ ਨਾ ਕਿਤੇ ਪੈਲਸਾਂ ਦੇ ਵਿੱਚ ਹਥਿਆਰ ਬੈਨ ਆ,